ਤੇ ਵਿਦੇਸ਼ ਭੇਜਣ ਦੇ ਨਾਂ ਤੇ ਹੋ ਰਹੀ ਠੱਗੀ ਠੋਰੀ ਥੰਮਣ ਦਾ ਨਾਂ ਨਹੀਂ ਲੈ ਰਹੀ ਹੈ। ਏਜੰਟ ਨੌਜਵਾਨਾਂ ਨੂੰ ਆਪਣੇ ਝੂਠੇ ਜਾਲ ਵਿੱਚ ਫਸਾ ਕੇ ਬਾਹਰ ਭੇਜ ਦਿੰਦੇ ਹਨ, ਪਰ ਉੱਥੇ ਜਾ ਕੇ ਕਈ ਨੌਜਵਾਨਾਂ ਨੂੰ ਜੇਲ੍ਹ ਦੀਆਂ ਰੂਤੀਆਂ ਸੇਕਣੀਆਂ ਪੈਂਦੀਆਂ ਹਨ। ਅਜਿਹਾ ਇੱਕ ਮਾਮਲਾ ਨੂਰਪੁਰ ਬੇਦੀ ਤੋਂ ਸਾਹਮਣੇ ਆਇਆ, ਜਿਸ ਵਿੱਚ ਸਾਊਦੀ ਅਰਬ ਤੋਂ ਵਾਪਸ ਪਰਤਣ ਮਗਰੋਂ ਓਕਾਰ ਚੰਦ ਨੇ ਆਪਣੇ ਪਿੰਡ ਪਹੁੰਚ ਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਏਜੰਟ ਨੌਜਵਾਨਾਂ ਨਾਲ ਧੋਖਾ ਕਰਕੇ ਉਹਨਾਂ ਨੂੰ ਟੂਰਿਸਟ ਵੀਜ਼ਾ ਦੇ ਕੇ ਰੁਜ਼ਗਾਰ ਕਰਨ ਲਈ ਬਾਹਰਲੇ ਦੇਸ਼ਾਂ ਵਿੱਚ ਭੇਜ ਦਿੰਦੇ ਹਨ ਅਤੇ ਬਾਹਰ ਜਾ ਕੇ ਨੌਜਵਾਨਾਂ ਨੂੰ ਕੋਈ ਕੰਮ ਨਹੀਂ ਮਿਲਦਾ ਅਤੇ ਉਹਨਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਜਾਣ ਮਗਰੋਂ ਉੱਥੇ ਦੀ ਸਰਕਾਰ ਨੌਜਵਾਨਾਂ ਨੂੰ ਜੇਲ੍ਹ ਭੇਜ ਦਿੰਦੀ ਹੈ। ਇਸ ਦੇ ਨਾਲ ਹੀ ਓਕਾਰ ਚੰਦ ਨੇ ਆਪਣੀ ਆਵਾਜ਼ ਨੂੰ ਬੁਲੰਦ ਕਰਨ ਦਾ ਮੌਕਾ ਦੇਣ ਲਈ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਵਿਦੇਸ਼ਾਂ ਵਿੱਚ ਜਾ ਕੇ ਫਸੇ ਅਜਿਹੇ ਭਾਰਤੀ ਨੌਜਵਾਨਾਂ ਦੀ ਸਾਰ ਲਿੱਤੀ ਜਾਵੇ। ਤਕਰੀਬਨ ਮੈਂ ਹੁਣ ਜੇਲ੍ਹ 'ਚ ਰਹਿ ਕੇ ਆਇਆ ਜੀ, ਉੱਥੇ ਯਾਨੀ ਕਿ ਦੋ ਢਾਈ 100 ਦਾ ਬੰਦਾ ਤਕਰੀਬਨ ਸੀ ਯਾਨੀ ਇੰਡੀਆ ਦਾ ਜੀ। ਉਹ 'ਚੋਂ ਅਸੀਂ ਜਿਸ ਕੈਂਪ ਮੈਂ ਰਹਿ ਰਿਹਾ ਸੀ ਉਹਦੇ ਬੰਦੇ ਆ, ਅਸੀਂ 14 ਬੰਦੇ ਸੀ ਜੇਲ੍ਹ 'ਚ ਜੀ। ਉਹਨਾਂ ਵਿੱਚ ਇੱਕ ਮੈਂ ਆ ਗਿਆ, ਬਾਕੀ 13 ਬੰਦੇ ਆਏ ਵੀ ਜੇਲ੍ਹ 'ਚ। ਜੇਲ੍ਹ 'ਚ ਇੰਨੀ ਹਾਲਤ ਖਰਾਬ ਹੈ ਕਿ ਉੱਥੇ ਪਾਣੀ ਤੱਕ ਮੁੱਲ ਲੈ ਕੇ ਪੀਣ ਨੂੰ ਮਿਲਦਾ ਜੀ, ਅਤੇ ਬੰਦੇ ਵਿੱਚ ਬਿਮਾਰ ਹੈ, ਉਹਨਾਂ ਗੋਲੀਆਂ ਲੈਣ ਵਾਸਤੇ ਇੱਕ ਗੋਲੀ ਟੈਬਲੇਟ 5-5 ਰਿਆਲ ਦੀ ਮਿਲਦੀ ਹੈ ਜੀ। ਬੰਦੇ ਹੁਣ ਇੱਕ ਸੁੰਦਰ ਅੰਗ ਦਾ ਮੁੰਡਾ ਸੀ ਤਨੁਜ, ਉਹ ਇੰਨਾ ਬਿਮਾਰ ਹੋ ਗਿਆ, ਇੱਕ ਦਿਨ ਉਹਦੀ ਨੱਕ 'ਚੋਂ ਨਕਸੀਰ ਫੁੱਟ ਗਈ ਜੀ ਉਹਦੀ, ਬਹੁਤ ਹਾਲਤ ਖਰਾਬ ਹੋ ਗਈ ਹੈ। 4-5 ਬੰਦੇ ਹਜੇ ਵੀ ਬਿਮਾਰ ਹੈ ਉੱਥੇ ਪਏ ਜੀ। ਸਾਨੂੰ ਬਹੁਤ ਚੰਗਾ ਲੱਗ ਰਿਹਾ, ਸਾਡੇ ਮੇਰੇ ਪਤੀ ਵਾਪਸ ਆਏ ਨੇ, ਅਤੇ ਅਸੀਂ ਮੀਡੀਆ ਦਾ ਬਹੁਤ ਤਹਿ ਦਿਲ ਸ਼ੁਕਰੀਆ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਆਵਾਜ਼ ਉਠਾਈ ਹੈ। ਉਸ ਟਾਈਮ ਸਾਡੀ ਬਹੁਤ ਬੁਰੀ ਹਾਲਤ ਸੀਗੀ, ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਅਸੀਂ ਕੀ ਕਰੀਏ, ਅਤੇ ਸਾਡੇ ਪਿੰਡ ਦਿਆਂ ਨੇ ਅੱਗੇ ਕਦਮ ਚੁੱਕਿਆ ਅਤੇ ਉਹਨਾਂ ਨੇ ਮੀਡੀਆ ਬੁਲਾਈ, ਸਾਡੀ ਆਵਾਜ਼ ਉਠਾਈ। ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।